ਵੱਡੇ ਵੱਡੇ ਰੋਗਾਂ ਦਾ, ਡਿਪਰੈਸ਼ਨ ਦਾ ਪੂਰਾ ਇਲਾਜ ਹੈ। ਜੇ ਸਾਰੇ ਡਾਕਟਰਾਂ ਨੇ ਤੁਹਾਨੂੰ ਜਵਾਬ ਦੇ ਦਿੱਤਾ ਹੈ ਨਾ, ਤਾਂ ਦੁਨੀਆ ਦੇ ਸਭ ਤੋਂ ਵੱਡੇ ਵੈਦ ਡਾਕਟਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਆ ਜਾਓ। ਇੱਥੇ ਤੁਹਾਡੀ ਸਾਰੀ ਬਿਮਾਰੀਆਂ ਦੂਰ ਹੋ ਜਾਣੀਆਂ। ਤੁਸੀਂ ਸੱਚੇ ਦਿਲੋਂ ਆ ਕੇ ਅਰਦਾਸ ਕਰੋਗੇ ਨਾ ਕਿ ਗੁਰੂ ਰਾਮਦਾਸ ਜੀ ਮਹਾਰਾਜ, ਮੈਨੂੰ ਸਾਰਿਆਂ ਨੇ ਜਵਾਬ ਦੇ ਦਿੱਤਾ, ਮੈਂ ਹਾਰ ਚੁੱਕਾ, ਮੈਂ ਟੁੱਟ ਚੁੱਕਾ ਅੰਦਰੋਂ, ਮੇਰਾ ਦਿਲ ਬਹੁਤ ਪਰੇਸ਼ਾਨ ਹੈ, ਤਾਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਤੁਹਾਨੂੰ ਆਪੇ ਸਾਂਭ ਲੈਣਾ। ਕੋਈ ਪਰਵਾਹ ਨਾ ਕਰੋ, ਕੋਈ ਫਿਕਰ ਨਾ ਕਰੋ। ਜੇ ਦੁਨੀਆ ਤੁਹਾਨੂੰ ਕਹਿੰਦੀ ਨਾ ਕਿ ਤੇਰੇ ਕੰਮ ਨਹੀਂ ਬਣਨੇ, ਤੂੰ ਪਿੱਛੇ ਹੀ ਰਹਿਣਾ ਵਾ, ਤਾਂ ਤੁਸੀਂ ਇੰਨਾ ਨਾ ਸੋਚਿਆ ਕਰੋ। ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਾਂਹ ਫੜ ਲਈ, ਤਾਂ ਉਹਨਾਂ ਨੇ ਤੁਹਾਨੂੰ ਉਸ ਥਾਂ 'ਤੇ ਬਿਠਾ ਦੇਣਾ ਜਿੱਥੇ ਕਿਸੇ ਨੇ ਨਹੀਂ ਸੋਚਿਆ ਹੈਗਾ। ਸਾਰੀ ਦੁਨੀਆ ਹੈਰਾਨ ਹੋ ਜਾਏਗੀ ਕਿ ਇਹ ਇੱਥੇ ਕਿੱਦਾਂ ਪਹੁੰਚ ਗਿਆ। ਉਹ ਤਾਂ ਦਾਨੀਆਂ ਦੇ ਦਾਨੀ ਹੈ। ਸੱਚੇ ਦਿਲੋਂ ਜਾ ਕੇ ਅਰਦਾਸ ਕਰੋ, ਝੋਲੀ ਕਦੇ ਵੀ ਖਾਲੀ ਨਹੀਂ ਹੋਏਗੀ ਤੁਹਾਡੀ। ਪਿਆਰ ਨਾਲ ਲਿਖੋ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ।